ਦੋਸਤੋ, ਕਿਸੇ ਮੂਵੀ ਦੀ ਜਦੋਂ ਹਾਈਪ ਬਹੁਤ ਜ਼ਿਆਦਾ ਉੱਚੀ ਹੋ ਜਾਂਦੀ ਹੈ ਨਾ, ਜਿਹਦਾ ਇੱਕ ਅੱਧਾ ਡਾਇਲੋਗ ਲੋਕਾਂ ਦੇ ਮੂੰਹ 'ਤੇ ਜਾਂ ਜ਼ੁਬਾਨ 'ਤੇ ਚੜ੍ਹ ਜਾਂਦਾ ਆ, ਸੋ ਆਪਾਂ ਨੂੰ ਲੱਗਦਾ ਕਿ ਮੂਵੀ ਬਹੁਤ ਵੱਡੀ ਹਿੱਟ ਅਤੇ ਬਲੋਕਬਸਟਰ ਹੋ ਗਈ ਆ। ਇੱਦਾਂ ਹੀ ਦੋਸਤੋ ਕੁਛ ਵਾਰਨਿੰਗ 2 ਦੇ ਨਾਲ ਹੋਇਆ। ਵਾਰਨਿੰਗ 1 ਦੋਸਤੋ ਐਡੀ ਬਹੁਤ ਵੱਡੀ ਹਿੱਟ ਤਾਂ ਚਲੋ ਨਹੀਂ ਕਹਿ ਸਕਦਾ ਕਿ ਬਹੁਤ ਜ਼ਿਆਦਾ ਵੱਡੀ ਹਿੱਟ ਸੀ, ਬਟ ਕਿਤੇ ਨਾ ਕਿਤੇ ਉਹਦਾ ਜੋ ਬਜਟ ਸੀਗਾ ਨਾ, ਬਜਟ ਦੇ ਅਕੋਰਡਿੰਗ ਦੇਖਿਆ ਜਾਵੇ 2.5-3 ਕਰੋੜ ਦੇ ਤੋਂ ਇਲਾਵਾ ਉਹਨੇ 7-8 ਕਰੋੜ ਦੀ ਕਮਾਈ ਕੀਤੀ ਸੀ, ਜੋ ਇੱਕ ਹਿੱਟ ਸੁਪਰ ਹਿੱਟ ਮੂਵੀ ਸਾਬਤ ਹੋਈ ਸੀ। ਸੋ ਅੱਜ ਦੇ ਅਕੋਰਡਿੰਗ ਜੇ ਦੇਖਿਆ ਜਾਵੇ ਇੰਨੀ ਮਹਿੰਗਾਈ ਦੇ ਵਿੱਚ, ਅੱਜ ਇਸ ਵਾਰਨਿੰਗ 2 ਦਾ ਬਜਟ ਇਹ 9 ਕਰੋੜ ਦੱਸ ਰਹੇ ਨੇ। ਸੋ ਮੂਵੀ ਜੋ ਕਮਾ ਰਹੀ ਆ ਉਹ 3 ਕਰੋੜ ਤੱਕ ਹੀ ਜਾ ਰਹੀ ਆ, 3-4 ਕਰੋੜ ਤੋਂ ਜ਼ਿਆਦਾ ਨਹੀਂ ਉੱਪਰ ਜਾ ਰਹੀ ਆ। ਸੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਮੂਵੀ ਹੋਰ ਕਿੰਨੇ ਕਮਾਉਂਦੇ ਹੋਏ ਨਜ਼ਰ ਆ ਰਹੀ ਹੈ। ਸੋ ਗੱਲ ਕਰਦੇ ਆਪਾਂ ਇੱਥੇ 3 ਦਿਨਾਂ ਅਤੇ 4 ਦਿਨ ਦੀ ਦੋਸਤੋ, 4 ਦਿਨ ਇਹਨੂੰ ਕੰਪਲੀਟ ਹੋ ਗਿਆ, ਅੱਜ 5ਵਾਂ ਦਿਨ ਆ। ਇਸ ਮੂਵੀ ਨੇ 4 ਦਿਨਾਂ ਵਿੱਚ ਕਿੰਨੀ ਕਮਾਈ ਕੀਤੀ ਆ, ਸੋ ਤੁਹਾਨੂੰ ਜ਼ਿਆਦਾ ਉਲਝਾਉਂਦੇ ਹੋਏ ਸਿੱਧੇ ਮੈਂ ਉਲਝਾਉਂਦੇ ਹੋਏ ਨਾ ਸਿੱਧੇ ਮੁੱਦੇ 'ਤੇ ਗੱਲ ਕਰਾਂ। ਸੋ ਇਹਨੇ ਆਪਣੇ 4ਵੇਂ ਦਿਨ ਦੋਸਤੋ, ਜਿੱਦਾਂ ਮੈਂ ਦੱਸਿਆ ਤੁਹਾਨੂੰ ਕਿ ਇਹਦਾ ਘੱਟੋ ਘੱਟ 50-60 ਲੱਖ ਦੇ ਵਿੱਚ 4ਵੇਂ ਦਿਨ ਇਹ ਕਮਾਉਂਦੀ ਨਜ਼ਰ ਆਊਗੀ ਦੋਸਤੋ, ਉਹ ਮੇਰਾ ਪ੍ਰੈਡਿਕਸ਼ਨ ਬਿਲਕੁਲ ਸਹੀ ਹੋਇਆ। ਇਹਨੇ ਦੋਸਤੋ 56 ਲੱਖ ਦੀ ਕਮਾਈ ਕੀਤੀ ਆ ਡੇ 4 'ਚ, ਮੰਡੇ ਵਾਲੇ ਦਿਨ। ਹੁਣ ਇੱਥੇ ਗੱਲ ਕਰ ਲੈਂਦੇ ਆ ਡੇ 5 ਦੀ, ਯਾਨੀ ਕਿ ਅੱਜ ਮੰਗਲਵਾਰ ਨੂੰ ਇਹ ਮੂਵੀ ਕਿੰਨਾ ਕਰੂਗੀ ਕਲੈਕਸ਼ਨ। ਸੋ ਜਿੱਥੇ ਤੱਕ ਯਾਰ ਦੋਸਤੋ ਲੱਗ ਰਿਹਾ ਨਾ, ਇਹ 5ਵੇਂ ਦਿਨ ਇਹਨੂੰ ਡਰੋਪ ਦੇਖਣ ਨੂੰ ਮਿਲੇਗਾ, ਚੰਗਾ ਖਾਸਾ ਡਰੋਪ ਦੇਖਣ ਨੂੰ ਮਿਲੇਗਾ। ਇਹ ਆਪਣੇ 5ਵੇਂ ਦਿਨ ਵੀ ਦੋਸਤੋ ਘੱਟੋ ਘੱਟ ਕਿਤੇ ਨਾ ਕਿਤੇ ਇਹ ਦੋਸਤੋ 45 ਲੱਖ ਰੁਪਇਆ ਕਮਾਊਗੀ, ਜਦਕਿ ਇਹਦਾ ਹੁਣ ਟੋਟਲ ਹੋ ਚੁੱਕਾ ਆ 3.56 ਕਰੋੜ ਇਹਦਾ ਹੋ ਚੁੱਕਾ ਆ। ਜੇਕਰ ਇਹ ਦੋਸਤੋ 45 ਕਰੋੜ ਕਮਾਉਂਦੀ ਹੈ ਅੱਜ, ਸੋ ਇਹਦਾ ਦੋਸਤੋ 4.01 ਕਰੋੜ, ਯਾਨੀ ਕਿ ਟੋਟਲ ਇਹਨਾਂ 5 ਦਿਨਾਂ ਦੇ ਵਿੱਚ ਕਲੈਕਸ਼ਨ ਹੋ ਜੂਗਾ। ਸੋ ਤੁਸੀਂ ਇਸ ਕਲੈਕਸ਼ਨ ਤੋਂ ਕਿੰਨੇ ਕੁ ਸਹਿਮਤ ਹੋ, ਕਿੰਨੇ ਕੁ ਸੰਤੁਸ਼ਟ ਹੋ ਕਿ ਇਹ ਕਲੈਕਸ਼ਨ ਤੁਹਾਨੂੰ ਲੱਗਦਾ ਇੰਨੀ ਵਧੀਆ ਮੂਵੀ ਦਾ ਇੰਨਾ ਘੱਟ ਕਲੈਕਸ਼ਨ ਆ ਰਿਹਾ ਆ? ਜਦਕਿ ਗਿੱਪੀ ਗਰੇਵਾਲ ਦੀ ਇੱਕ ਮੂਵੀ ਦਾ ਪਹਿਲੇ ਦਿਨ ਦਾ ਦੋਸਤੋ ਜਦੋਂ ਰਿਲੀਜ਼ ਹੁੰਦੀ ਆ 3-4 ਕਰੋੜ ਆਲਮੋਸਟ ਆ ਜਾਂਦਾ ਆ ਇਹ ਫਿਗਰ ਹੁੰਦਾ ਆ, ਬਟ ਆਹ ਦੋਸਤੋ 5 ਦਿਨਾਂ ਦੇ ਵਿੱਚ 4 ਕਰੋੜ ਕਲੈਕਸ਼ਨ ਆਉਣਾ ਬਹੁਤ ਘਾਟੇ ਵਾਲੀ ਗੱਲ ਆ। ਬਾਕੀ ਤੁਹਾਡਾ ਕੀ ਟੇਕ ਆ ਤੁਸੀਂ ਦੱਸਿਓ। ਸੋ ਥੈਂਕ ਯੂ ਦੋਸਤੋ ਮੇਰੇ ਨਾਲ ਬਣੇ ਰਹਿਣ ਲਈ।